ट्रैफिक यूनियन बसों के प्रधान चौकी यूनियन निर्मा ट्रक यूनियन प्रधान अजय सिंगला जी लहरा ट्रक यूनियन तो कमेटी मैंबर साढ़े पिछे सारे पहुंचे हुए हैं। ट्रक यूनियन प्रधान भुआ निगर तो प्रधान हरदीप सिंह जी टूर हाजिर ने। ट्रक यूनियन राजपुरा उन्होंने यूनियन से हरविंदर सिंह प्रधान आप मौजूद ने। ट्रक यूनियन मानसा तो प्रधान ने रिंपी जी मानसाइया मैंबर मनजीत सिंह ते सारे ऑपरेटर साडे विच बैठे ने। वो हमेशा ही साडे नाल खड़े हुए तरविंदरपाल जी टोली कोई प्रधान बन गए कुछ हो जाए कदे उन्होंने यह निरखा रखी कि आपां ने काम नहीं करना। सारे जिन्ने इत्थे प्रधान मैंबर मौजूदा ने ट्रक यूनियन शेरपुर भी साडे विच पहुंची है। ट्रक यूनियन पाटला दो प्रधान रणजीत सिंह जी ते उन्होंने कमेटी टीम महीना कबाला भी इकट्ठे हो गए जी दोवें ट्रक यूनियन ते ट्राला यूनियन चाहे वह अलग भी रहे पर जेड़े साडे साबका प्रधान जी सीगे वो साडे इक दूजे दा सहयोग करता जिवें वाहिगुरु दी कृपा ही हो गई होंदी है। इन्नी क इक्को गड्डी दे विच उड़ने हर वेले इक दूजे दी हां च हां कदे नाले ऑपरेटरां नूं बेनती करदा देखो पार्टियां थोड़ा थोड़ा हुआ कोई अकाली हुंदा कोई कांग्रेस हुंदा कोई केड़ी पार्टी दा प्रधान भी भाई थोड़े थोड़े ने उदों आपां सारे इक दूजे दा सहयोग दईए उहदे च अपना भी मान सत्कार वधदा ना कि घटदा। कई बार यह हूं भी मैं अपने प्रधान को सुनेहा मार के रह जाएगा कि नहीं गलत मार करनिया तो मैं दिल से ना लाया करो। गुरमीत सिंह काका जी प्रधान ट्रक यूनियन संगरूर ਅੱਜ ਕਿਸ ਸੰਬੰਧ ਦੇ ਵਿੱਚ ਜਿਹੜਾ ਤੁਸੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦੇ ਬਾਹਰ ਧਰਨਾ ਲਗਾਇਆ ਇਹ ਜਿਹੜਾ ਮਾਨ ਸਰਕਾਰ ਨੇ ਨਾਦਰ ਸ਼ਾਹੀ ਫਰਮਾਨ ਜਾਰੀ ਕੀਤਾ ਟਰੱਕ ਯੂਨੀਅਨ ਭੰਗ ਕਰਨ ਦਾ ਇਹ ਪਹਿਲਾਂ ਜਿਹੜੀਆਂ ਟਰੱਕ ਯੂਨੀਅਨ ਸੀ ਕੈਪਟਨ ਸਰਕਾਰ ਨੇ ਵੀ ਆਉਣ ਸਾਰ ਭੰਗ ਕਰੀਆਂ ਸੀਗੀਆਂ ਉਸ ਤੋਂ ਬਾਅਦ ਚੰਨੀ ਸਰਕਾਰ ਜਾਂਦੀ ਜਾਂਦੀ ਸਾਨੂੰ ਇੱਕ ਨਾ ਨੋਟੀਫਿਕੇਸ਼ਨ ਦੇ ਰੂਪ ਦੇ ਵਿੱਚ ਇੱਕ ਲੈਟਰ ਦੇ ਗਈ ਸੀਗੀ ਵੀ ਟਰੱਕ ਯੂਨੀਅਨਾਂ ਨੇ ਜਿਹੜੀਆਂ ਉਹ ਬਹਾਲ ਨੇ। ਉਸ ਤੋਂ ਬਾਅਦ ਕੁਝ ਵਪਾਰੀਆਂ ਦੇ ਗਲਤ ਚੁੰਗਲ ਦੇ ਵਿੱਚ ਆ ਕੇ ਜਿਹੜੇ ਵਪਾਰੀ ਕੋਈ ਦੋ ਨੰਬਰ ਦਾ ਧੰਦਾ ਕਰਨਾ ਚਾਹੁੰਦੇ ਨੇ ਜੋ ਕਿ ਟਰੱਕ ਯੂਨੀਅਨਾਂ ਨੇ ਇੱਕ ਨੰਬਰ ਦਾ ਕੰਮ ਕਰਦੀਆਂ ਨੇ ਜਿਹੜਾ ਮਾਲ ਆ ਉਹਨਾਂ ਦੇ ਵਿੱਚ ਇੱਕ ਨੰਬਰ ਦਾ ਹੀ ਜਾਂਦਾ ਜਿਹੜੇ ਬਹੁਤ ਸਾਰੇ ਵਪਾਰੀ ਨੇ ਉਹ ਟਰੱਕ ਯੂਨੀਅਨਾਂ ਤੋਂ ਗੱਡੀਆਂ ਲੈ ਕੇ ਰਾਜੀ ਨੇ ਜਿਹੜੇ ਇੱਕ ਨੰਬਰ ਦਾ ਧੰਦਾ ਕਰਦੇ ਨੇ। ਜਿਹੜੇ ਵਪਾਰੀ ਕੋਈ ਦੋ ਨੰਬਰ ਦਾ ਡੀ ਆਪਣੇ ਕੋਈ ਟੈਕਸ ਚੋਰੀ ਕਰਦੇ ਨੇ ਦੋ ਨੰਬਰ ਦਾ ਮਾਲ ਇੱਧਰ ਉੱਧਰ ਕਰਦੇ ਨੇ ਉਹਨਾਂ ਨੂੰ ਟਰੱਕ ਯੂਨੀਅਨ 'ਚੋਂ ਗੱਡੀਆਂ ਲੈਣੀਆਂ ਮੁਸ਼ਕਲ ਲੱਗਦੀਆਂ ਨੇ। ਇਸ ਕਰਕੇ ਉਹ ਜਾ ਕੇ ਸਰਕਾਰਾਂ ਨੂੰ ਗੁੰਮਰਾਹ ਕਰਦੀਆਂ ਨੇ ਵੀ ਜਿਹੜੇ ਟਰੱਕ ਯੂਨੀਅਨ ਵਾਲੇ ਨੇ ਇਹ ਗੁੰਡੇ ਨੇ। ਅਸੀਂ ਗੁੰਡੇ ਨਹੀਂ, ਅਸੀਂ ਤਾਂ ਆਪਦੀ ਰੋਜੀ ਰੋਟੀ ਹੀ ਬਚਾਉਣੇ ਆ, ਆਪਦੇ ਮਿਹਨਤ ਦੇ ਪੈਸੇ ਲੈਂਦੇ ਹੈਗੇ ਜਿਹੜਾ ਕਿ ਬਹੁਤ ਹੀ ਥੋੜ੍ਹੀ ਉਸ ਦੇ ਵਿੱਚ ਅਸੀਂ ਭਾੜਾ ਲੈਂਦੇ ਹਾਂ। ਜੇ ਰੇਟ ਨੇ ਸਾਰੇ ਵਧੇ ਹੋਏ ਨੇ, ਅਸੀਂ ਆਪਦੀ ਰੋਜੀ ਰੋਟੀ ਵੀ ਮੁਸ਼ਕਲ ਚਲਾ ਰਹੇ ਹਾਂ। ਅਸੀਂ ਮਾਨ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਵੀ ਤੁਸੀਂ ਸਾਡੀ ਇਹ ਜਿਹੜੇ ਵਾਅਦੇ ਕੀਤੇ ਸੀਗੇ ਮੋਹਾਲੀ ਵਿੱਚ ਵੀ ਆ ਕੇ ਕੇਜਰੀਵਾਲ ਸਾਹਿਬ ਵੀ ਆਏ ਸੀ, ਭਗਵੰਤ ਮਾਨ ਜੀ ਵੀ ਆਏ ਸੀ, ਇਹਨਾਂ ਨੇ ਕਿਹਾ ਸੀਗਾ ਵੀ ਅਸੀਂ ਆਉਣ ਸਾਰ ਸਾਡੀ ਸਰਕਾਰ ਬਣੂਗੀ ਤਾਂ ਅਸੀਂ ਤੁਹਾਡੀਆਂ ਸਾਰੀਆਂ ਮੰਗਾਂ ਜਾਇਜ਼ ਨੇ, ਇਹਨਾਂ ਨੂੰ ਮੰਨਾਂਗੇ, ਟਰੱਕ ਯੂਨੀਅਨ ਨੂੰ ਬਹਾਲ ਵੀ ਕਰਾਂਗੇ। ਪਰ ਹੋਇਆ ਕਿ ਉਹਦੇ ਉਲਟ ਸਾਡੇ ਸਾਰੇ ਟਰੱਕ ਆਪਰੇਟਰਾਂ ਨੇ ਤਨੋ ਮਨੋ ਪੂਰਾ ਜ਼ੋਰ ਲਾ ਕੇ ਮਾਨ ਸਰਕਾਰ ਦੀ ਪੂਰੀ ਮਦਦ ਕੀਤੀ, ਵੱਧ ਤੋਂ ਵੱਧ ਵੋਟਾਂ ਪਾਈਆਂ ਔਰ ਪਵਾਈਆਂ ਵੀ। ਜਦੋਂ ਮਾਨ ਸਰਕਾਰ ਹੋਣ ਦੇ ਵਿੱਚ ਆਈ ਆਉਣ ਸਾਰ ਇਹਨਾਂ ਨੇ ਆਮ ਤੋਂ ਖਾਸ ਬਣ ਗਏ, ਖਾਸ ਬਣ ਕੇ ਪਹਿਲਾ ਡੰਡਾ ਹੀ ਇਹਨਾਂ ਨੇ ਟਰੱਕ ਯੂਨੀਅਨਾਂ 'ਤੇ ਚਲਾਇਆ ਜੋ ਕਿ ਬੜਾ ਹੀ ਨਿੰਦਣਯੋਗ ਆ, ਇਹ ਬਰਦਾਸ਼ਤ ਨਹੀਂ ਕੀਤਾ ਜਾਊਗਾ। ਅੱਜ ਅਸੀਂ ਸ਼ਾਂਤਮਈ ਰੋਸ ਕਰ ਰਹੇ ਹਾਂ, ਮਾਨ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਤੁਸੀਂ ਆਮ ਘਰਾਂ ਦੇ ਵਿੱਚੋਂ ਮੈਸੇਜ ਦਿੰਦੇ ਸੀਗੇ ਆਮ ਹੀ ਬਣ ਕੇ ਰਹੋ, ਹੁਣ ਖਾਸ ਨਾ ਬਣੋ। ਜੇਕਰ ਤੁਸੀਂ ਸਾਡੀਆਂ ਮੰਗਾਂ ਨਹੀਂ ਮੰਨੋਗੇ ਤਾਂ ਅਸੀਂ ਸੰਘਰਸ਼ ਹੋਰ ਤੇਜ਼ ਕਰਾਂਗੇ। ਇਹ ਤੁਹਾਡਾ ਨਾਦਰ ਸ਼ਾਹੀ ਫਰਮਾਨ ਆ ਜਿਹੜਾ, ਇਹਨੂੰ ਅਸੀਂ ਕਿਸੇ ਵੀ ਕੀਮਤ 'ਤੇ ਮਨਜ਼ੂਰ ਨਹੀਂ ਕਰਾਂਗੇ। ਕਿਸੇ ਸਰਕਾਰੀ ਅਧਿਕਾਰੀ ਨਾਲ ਤੁਹਾਡੀ ਗੱਲਬਾਤ ਹੋਈ ਆ ਕੋਈ ਹੁਣ ਤੱਕ? ਕੋਈ ਸਰਕਾਰੀ ਅਧਿਕਾਰੀ ਗੱਲ ਸੁਣਨ ਨੂੰ ਤਿਆਰ ਨਹੀਂ, ਕੋਈ ਸਰਕਾਰ ਦਾ ਨੁਮਾਇੰਦਾ ਗੱਲ ਸੁਣਨ ਨੂੰ ਤਿਆਰ ਨਹੀਂ। ਬਰਬਲੀ ਟਕਿਆਉਣ ਵਾਲੀਆਂ ਟਕਿਆਊ ਨੀਤੀਆਂ ਨਾਲ ਗੱਲਾਂ ਕਰਦੇ ਨੇ, ਕੋਈ ਗੱਲ ਨਹੀਂ ਤੁਹਾਨੂੰ, ਕੋਈ ਨਹੀਂ ਤੁਹਾਡੇ ਕੰਮ ਚੱਲਦੇ ਨੇ। ਅਸੀਂ ਕਹਿੰਦੇ ਵੀ ਸਰਕਾਰ ਸਾਡੇ ਨਾਲ ਇੱਕ ਮੀਟਿੰਗ ਲਏਵੇ, ਜਿਹੜਾ ਸਾਡਾ ਕੋਈ ਕਸੂਰ ਆ ਸਾਨੂੰ ਦੱਸੇ, ਅਸੀਂ ਉਹ ਤੋਂ ਸੈਟਿਸਫਾਈ ਕਰਾਵਾਂਗੇ ਸਰਕਾਰ ਦੀ। ਮੈਂ ਸੁਨਾਮ ਟਰੱਕ ਯੂਨੀਅਨ ਤੋਂ ਕਰਮਿੰਦਰਪਾਲ ਸਿੰਘ ਟੋਨੀ ਧਾਲੀਵਾਲ। ਅੱਜ ਅਸੀਂ ਜੋ ਇਹ ਧਰਨੇ ਦਾ ਇਕੱਠ ਆ, ਇਹ ਸਾਡਾ ਆਰ ਪੰਜਾਬ ਟਰੱਕ ਆਪਰੇਟਰਾਂ ਦਾ ਇਕੱਠ ਆ। ਇੱਥੇ ਅਸੀਂ ਸਰਕਾਰ ਨੂੰ ਚੇਤਾ ਦਿਵਾਉਣਾ ਚਾਹੁੰਦੇ ਹਾਂ ਜੋ ਸਾਡੇ ਨਾਲ ਮੋਹਾਲੀ ਧਰਨੇ ਦੇ ਵਿੱਚ ਕੇਜਰੀਵਾਲ ਸਾਹਿਬ, ਭਗਵੰਤ ਮਾਨ ਜੀ ਅਤੇ ਸਾਡੇ ਵਿੱਤ ਮੰਤਰੀ ਹਰਪਾਲ ਚੀਮਾ ਜੀ ਸਾਡੇ ਨਾਲ ਪ੍ਰੋਮਿਸ ਕਰਕੇ ਗਏ ਸੀ ਕਿ ਤੁਹਾਡੇ ਇਹ ਜਾਇਜ਼ ਹੱਕ ਨੇ ਯਾਰ, ਉਹ ਤੁਹਾਨੂੰ ਦੇਵਾਂਗੇ, ਤੁਹਾਡੀਆਂ ਯੂਨੀਅਨਾਂ ਬਹਾਲ ਕਰਾਂਗੇ। ਅਤੇ ਉਦੋਂ ਮਾਨ ਸਾਹਿਬ ਇੱਕ ਗੱਲ ਕਹਿ ਕੇ ਗਏ ਸੀ ਕਿ ਮੈਂ ਕਿਸੇ ਘਰ ਗਿਆ ਵੋਟ ਮੰਗਣ, ਅਤੇ ਤੁਸੀਂ ਆਮ ਦੇਖਦੇ ਹੋ ਕਿ ਉਹ ਟਰੱਕ ਦੇ ਉੱਤੇ ਇੱਕ ਤਾਰ ਬੰਨੀ ਹੋਈ ਸੀ, ਉਹਦੇ ਕੱਪੜੇ ਸੁੱਕਣੇ ਪਾਏ ਹੋਏ ਸੀ। ਅੱਜ ਤਾਂ ਮਾਨ ਸਾਹਿਬ ਨੂੰ ਯਾਦ ਕਰਾਉਣਾ ਚਾਹੁੰਦੇ ਹਾਂ ਕਿ ਇੱਕ ਉਹ ਤਾਰ ਜ਼ਰੂਰ ਖਿਲਾ ਦਿਉ, ਉਹ ਕੱਪੜੇ 'ਤੇ ਤਾਰ ਅੱਜ ਵੀ ਉਵੇਂ ਹੀ ਲਮਕਦੀ ਆ। ਪਰ ਸਾਨੂੰ ਮਾਣ ਆ ਯਾਰ ਕਿ ਸਾਡੇ ਏਰੀਏ ਦੇ ਹੋ,
ਤੁਹਾਨੂੰ ਅਸੀਂ ਵੱਧ ਚੜ੍ਹ ਕੇ ਵੋਟਾਂ ਪਾਈਆਂ ਨੇ, ਤੁਹਾਡੇ 'ਤੇ ਵਿਸ਼ਵਾਸ ਜਿਤਾਇਆ, ਸਾਡਾ ਵਿਸ਼ਵਾਸ ਨਾ ਤੋੜਿਆ ਜਾਵੇ, ਸਾਡੀਆਂ ਗੱਲਾਂ ਨੂੰ ਸੁਣਿਆ ਜਾਵੇ। ਅਤੇ ਬਿਲਕੁਲ ਜਿਵੇਂ ਸਾਡੇ ਗੁਰਮੀਤ ਸਿੰਘ ਕਾਕਾ ਜੀ ਨੇ ਦੱਸਿਆ ਕਿ ਅਸੀਂ ਆਪਣੀਆਂ ਮੰਗਾਂ ਤੁਹਾਡੇ ਮੂਹਰੇ ਰੱਖਦੇ ਹਾਂ, ਤੁਸੀਂ ਦੱਸੋ ਸਹੀ ਅਸੀਂ ਗਲਤ ਕੀਤੇ ਹਾਂ। ਵਪਾਰੀ ਜਿਹੜਾ ਸਾਨੂੰ ਕਹਿ ਰਿਹਾ ਕਿ ਇਹ ਟਰੱਕ ਯੂਨੀਅਨਾਂ ਭੰਗ ਕਰੋ, ਉਹਨਾਂ ਬਾਰੇ ਵੀ ਦੇਖੋ, ਉਹ ਗੋਰਖ ਧੰਦੇ ਚਲਾਉਣਾ ਚਾਹੁੰਦੇ ਨੇ, ਪਰ ਅਸੀਂ ਉਹ ਗੋਰਖ ਧੰਦਿਆਂ ਦਾ ਸਾਥ ਨਹੀਂ ਦੇਵਾਂਗੇ। ਦੇਖੋ ਆਮ ਆਪਰੇਟਰ ਜਾਂ ਕੋਈ ਟਰੱਕ ਵਾਲਾ ਜ਼ਰੂਰ 10-20 ਹਜ਼ਾਰ ਦੇ ਲਾਲਚ 'ਚ ਉਹ ਟੈਕਸ ਚੋਰੀ ਦਾ ਮਾਲ ਭਰ ਲੂਗਾ, ਪਰ ਅਸੀਂ ਟਰੱਕ ਯੂਨੀਅਨ ਨਾਲ ਕਦੇ ਅਲਾਓ ਨਹੀਂ ਕਰਾਂਗੇ ਕਿ ਜੋ ਸਰਕਾਰ ਦੀ ਚੋਰੀ ਕਰਦਾ ਅਸੀਂ ਉਸ ਵਪਾਰੀ ਦਾ ਸਾਥ ਦਈਏ, ਨਾ ਅੱਜ ਦੇਵਾਂਗੇ ਤਾਂ ਨਾ ਕੱਲ੍ਹ ਦੇਵਾਂਗੇ। ਸਾਡਾ ਅਗਲਾ ਐਕਸ਼ਨ ਇਹੀ ਆ ਕਿ ਅਸੀਂ ਆਪਣਾ ਜੋ ਸੰਘਰਸ਼ ਆ ਸੜਕਾਂ 'ਤੇ ਬੈਠ ਕੇ ਹਰ ਹੋਰ ਇਹਨੂੰ ਤਿੱਖਾ ਕਰਾਂਗੇ, ਅਤੇ ਜਿੰਨਾ ਚਿਰ ਸਾਡੀ ਆਵਾਜ਼ ਸੁਣੀ ਨਹੀਂ ਜਾਂਦੀ ਅਸੀਂ ਆਪਣਾ ਸੰਘਰਸ਼ ਐਂ ਜਾਰੀ ਰੱਖਾਂਗੇ। ਸਾਡੀਆਂ ਜਾਇਜ਼ ਮੰਗਾਂ ਨੇ, ਅਸੀਂ ਸਰਕਾਰ ਤੋਂ ਕੋਈ ਪੈਨਸ਼ਨਾਂ ਨਹੀਂ ਮੰਗਦੇ, ਕੋਈ ਕਰਜ਼ਾ ਨਹੀਂ ਮੰਗਦੇ, ਸਾਡੇ ਹੱਕ ਤਾਂ ਸਾਨੂੰ ਮਿਲਣੇ ਚਾਹੀਦੇ ਨੇ। ਤੁਹਾਡਾ ਨਾਮ ਜੀ? ਮੈਂ ਸੁਨਾਮ ਟਰੱਕ ਯੂਨੀਅਨ ਤੋਂ ਮੌਜੂਦਾ ਪ੍ਰਧਾਨ ਸ਼ਿਆਮ ਸਿੰਘ ਵਿੱਕੀ। ਕੀ ਕਹਿਣਾ ਚਾਹੁੰਦੇ, ਕਿੱਥੇ ਆਏ ਹੋ, ਕਿੰਨੀ ਗਿਣਤੀ 'ਚ ਆਏ ਹੋ, ਕਿੱਥੋਂ ਕਿੱਥੋਂ ਆਏ ਹੋ? ਦੇਖੋ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਟਰੱਕ ਆਪਰੇਟਰ ਨੇ ਜਿਹੜੇ ਪਹੁੰਚ ਚੁੱਕੇ ਨੇ, ਅਤੇ ਹੋਰ ਜਿਹੜੇ ਨੇ ਕੁਛ ਧੁੰਦ ਦੇ ਕਾਰਨ ਲੇਟ ਹੋ ਚੁੱਕੇ ਨੇ, ਉਹ ਪਹੁੰਚ ਰਹੇ ਨੇ ਧਰਨਾ ਜਿਹੜਾ ਅਣਮਿੱਥੇ ਸਮੇਂ ਲਈ। ਉਹ ਕਾਰਨ ਕੀ ਆ, ਜਿਵੇਂ ਪਹਿਲਾਂ ਸਾਡੇ ਆਗੂ ਸਾਹਿਬਾਨ ਦੱਸ ਚੁੱਕੇ ਨੇ ਕਿ ਜਿਹੜੇ ਸਾਡੀਆਂ ਮੰਗਾਂ ਨੇ ਉਹ ਕੋਈ ਮੰਗਾਂ ਨਜਾਇਜ਼ ਮੰਗਾਂ ਨਹੀਂ, ਅਸੀਂ ਆਪਣਾ ਸਿਰਫ ਰੁਜ਼ਗਾਰ ਆ ਜਿਹੜਾ ਆਪਣੇ ਹਿਸਾਬ ਨਾਲ ਕਰਨਾ ਚਾਹੁੰਦੇ ਹਾਂ, ਸਾਡੇ ਤੋਂ ਇਹ ਰੁਜ਼ਗਾਰ ਆ ਜਿਹੜਾ ਖੋਇਆ ਜਾ ਰਿਹਾ, ਅਸੀਂ ਕੋਈ ਗ੍ਰਾਂਟ ਨਹੀਂ ਮੰਗਦੇ ਕੁਛ ਨਹੀਂ। ਇੱਕ ਮਾਨ ਸਾਹਿਬ ਨਾਲ ਕੈਬਨਿਟ ਦੇ ਵਿੱਚ ਮੈਂ ਗਿਆ ਸੀ, ਸਾਨੂੰ ਮਾਣਯੋਗ ਕੁਲਜੀਤ ਸਿੰਘ ਰੰਧਾਵਾ ਉਹਨਾਂ ਨੇ ਸਾਡੀ ਮੀਟਿੰਗ ਕਰਵਾਈ, ਉੱਥੇ ਰਾਘਵ ਚੱਡਾ ਜੀ ਅਤੇ ਸਾਰੀ ਇਹਨਾਂ ਦੀ ਕੈਬਨਿਟ ਬੈਠੀ। ਉੱਥੇ ਮੁੱਖ ਮੰਤਰੀ ਸਾਹਿਬ ਨੇ ਮੈਨੂੰ ਯਕੀਨ ਦਵਾਇਆ ਸੀ ਕਿ ਜਿਹੜੇ ਕੋਈ ਇੰਡਸਟਰੀ ਦੇ ਆਗੂ ਨੇ ਉਹ ਅਤੇ ਜਿਹੜੇ ਕੋਈ ਤੁਹਾਡੇ ਟਰੱਕ ਯੂਨੀਅਨ ਦੇ ਆਗੂ ਨੇ ਉਹਨਾਂ ਨੂੰ ਵਿੱਚ ਲੈ ਕੇ ਇੱਕ ਤੁਹਾਡੀ ਮੀਟਿੰਗ ਰੱਖੀ ਜਾਊਗੀ, ਜੋ ਕੋਈ ਜਾਇਜ਼ ਭਾੜੇ ਨੇ ਤੁਹਾਡੇ ਤੈਅ ਕੀਤੇ ਜਾਣਗੇ ਅਤੇ ਤੁਹਾਡਾ ਰੁਜ਼ਗਾਰ ਨਹੀਂ ਮੈਂ ਖੋਊਂਗਾ। ਸੋ ਮਾਨ ਸਾਹਿਬ ਬੇਨਤੀ ਕਰਦਾ ਆਪਣੇ ਉਹ ਜਿਹੜੇ ਕਿੱਤੇ ਵਾਅਦੇ ਨੇ ਯਾਦ ਕਰੋ ਅਤੇ ਸਾਡਾ ਜਿਹੜਾ ਰੁਜ਼ਗਾਰ ਆ ਇਹਨੂੰ ਇੱਦਾਂ ਹੀ ਚੱਲਦੇ ਰਹਿਣ ਦਿਓ, ਅਸੀਂ ਕੋਈ ਲੁੱਟ ਖਸੁੱਟ ਕਰਕੇ ਜਾਂ ਕਿਸੇ ਤੋਂ ਖੋਹ ਕੇ ਨਹੀਂ ਖਾਂਦੇ, ਅਸੀਂ ਸਿਰਫ ਆਪਣਾ ਕੰਮ ਆਪਣੇ ਢੰਗ ਨਾਲ ਕਰਨਾ ਚਾਹੁੰਦੇ ਹਾਂ। ਜੇ ਕੋਈ ਸਾਨੂੰ ਸਰਕਾਰ ਨੂੰ ਖਾਮੀ ਲੱਗਦੀ ਹੈ ਸਾਡੇ 'ਚ ਤਾਂ ਉਹ ਸਾਨੂੰ ਦੱਸੇ, ਬਿਨਾਂ ਦੱਸੇ ਕਿਸੇ ਦੇ ਨਾਦਰਸ਼ਾਹੀ ਪ੍ਰਮਾਣ ਥੋਪ ਦੇਣਾ ਮੈਨੂੰ ਨਹੀਂ ਲੱਗਦਾ ਕੋਈ ਜਾਇਜ਼ ਗੱਲ ਆ ਇਹ।